ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ। ਦੇਖੋ ਪਹਿਲੀ ਪੰਕਤੀ ਵਿੱਚ ਤਾਣ ਤੇ ਵਿਸ਼ਰਾਮ ਆਏਗਾ, ਅਗਲੀਆਂ ਜਿੰਨੀਆਂ ਪੰਕਤੀਆਂ ਆਪਾਂ ਗਾਵੇ ਕੋ ਵਾਲੀਆਂ ਪੜ੍ਹਨੀਆਂ ਨੇ ਉੱਥੇ ਗਾਵੇ ਕੋ ਤੇ ਵਿਸ਼ਰਾਮ ਲਾ ਦੇਣਾ ਜੀ ਆਪਾਂ, ਗਾਵੇ ਕੋ ਤੁਹਾਡੀ ਸੌਖ ਦੇ ਲਈ ਪਹਿਲਾਂ ਜਾਂਦੇ ਅਤੇ ਵਿਸ਼ਰਾਮ ਲੱਗਣਾ ਹੈ, ਇਹ ਤੁਹਾਡੀ ਸੌਖ ਲਈ ਦੱਸ ਰਿਹਾ। ਸੋ ਆਓ ਪੜ੍ਹੀਏ ਜੀ, ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ। ਹੁਣ ਧਿਆਨ ਰੱਖੋ ਜੀ, ਹੁਣ ਲਫਜ ਆਪਾਂ ਪੜ੍ਹਿਆ ਜੀ ਚਾਰ, ਜਿਵੇਂ ਆਪਾਂ ਮੂਲ ਮੰਤਰ ਵਿੱਚ ਪਾਠ ਪੜ੍ਹਿਆ ਸੀ ਨਾ, ਇੱਕ ਓਅੰਕਾਰ ਸੱਤ ਨਾਮ, ਸੱਤ ਜਿਹੜਾ ਸੱਤ ਸੀ ਸੱਸਾ ਤੱਤੇ ਨੂੰ ਸਿਆਰੇ, ਉੱਥੇ ਉਹ ਜਿਹੜਾ ਸੱਤ ਸੀ ਉਹ ਸੱਤ ਗਿਣਤੀ ਵਾਲਾ ਸੱਤ ਨਹੀਂ ਸੀ, ਮੈਂ ਅਰਥ ਦੱਸਿਆ ਸੀ ਉਹਦਾ ਅਰਥ ਸੀ ਸਦੀਵੀ ਹੋਂਦ ਵਾਲਾ ਸੱਤ ਦਾ ਅਰਥ, ਜਿੱਥੇ ਗਿਣਤੀ ਵਿੱਚ ਸੱਤ ਆਏਗਾ ਉਹ ਇੰਜ ਆਏਗਾ ਸੱਸਾ ਤੱਤਾ ਸੱਤ, ਉਹ ਗਿਣਤੀ ਵਿੱਚ ਸੱਤ ਆ ਗਿਆ। ਹੁਣ ਇੱਥੇ ਲਫਜ ਆਇਆ ਜੀ ਚਾਰ, ਚੱਚੇ ਨੂੰ ਕੰਨਾ, ਜਿੱਥੇ ਵੀ ਗਿਣਤੀ ਦਾ ਲਫਜ ਆਏਗਾ ਕੋਈ ਵੀ, ਜਿੱਦਾਂ ਹੁਣ ਇੱਥੇ ਚਾਰ ਆ, ਇਹ ਚਾਰ ਦਾ ਅਰਥ ਹੈ ਸੁੰਦਰ, ਜਦੋਂ ਗਿਣਤੀ ਦਾ ਚਾਰ ਆਏਗਾ ਨਾ ਤਾਂ ਉੱਥੇ ਰਾਰੇ ਨੂੰ ਸਿਹਾਰੀ ਲੱਗੀ ਹੋਏਗੀ, ਉੱਥੇ ਰਾਰੇ ਨੂੰ ਸਿਹਾਰੀ ਲੱਗੀ ਹੋਏਗੀ। ਗਿਣਤੀ ਦਾ ਤੀਨ ਆਏਗਾ ਉੱਥੇ ਤੱਤੇ ਨੂੰ ਬਿਹਾਰੀ, ਰਾਰੇ ਨੰਨੇ ਨੂੰ ਸਿਹਾਰੀ, ਤੀਨ ਇੱਦਾਂ ਆਏਗਾ। ਜਿਵੇਂ ਅੱਗੇ ਜਾ ਕੇ ਆਪਾਂ ਪੜ੍ਹਾਂਗੇ ਕੋਟ, ਕੋਟ ਇੱਕ ਤਾਂ ਕੋਟ ਦਾ ਅਰਥ ਹੈ ਜੀ ਕਿਲਾ, ਕੋਟ ਦਾ ਸਰੂਪ ਵੀ ਧਿਆਨ ਰੱਖੋ, ਇੱਕ ਕੋਟ ਜਦੋਂ ਆਪਾਂ ਪੜ੍ਹਾਂਗੇ ਕੱਕਾ, ਕੱਕੇ ਉੱਤੇ ਹੋੜਾ, ਟੈਂਕੇ ਨੂੰ ਸਿਹਾਰੀ, ਉਹਦਾ ਅਰਥ ਆਏਗਾ ਕਰੋੜਾਂ। ਲੰਕਾ ਸਾ ਕੋਟ ਸਮੁੰਦਰ ਸੀ ਖਾਈ, ਲੰਕਾ ਸਾ ਕੋਟ ਉੱਥੇ ਆਇਆ ਜੀ ਕੱਕੇ ਉੱਤੇ ਹੋੜਾ, ਟੈਂਕਾ ਟੈਂਕੇ ਦੇ ਪੈਰ ਵਿੱਚ ਔਂਕੜ, ਉਹ ਕੋਟ ਦਾ ਅਰਥ ਹੈ ਕਿਲਾ। ਇੱਕ ਅਰਥ ਆਏਗਾ ਕੱਕਾ ਉੱਤੇ ਹੋੜਾ, ਟੈਂਕਾ ਮੁਕਤਾ, ਉਹਦਾ ਅਰਥ ਹੁੰਦਾ ਜੀ ਕਿਲੇ, ਬਹੁ ਵਚਨ, ਇੱਕ ਵਚਨ ਟੈਂਕੇ ਦੇ ਪੈਰ 'ਚ ਔਂਕੜ ਆ ਗਈ, ਜਦੋਂ ਬਹੁ ਵਚਨ ਆਏਗਾ ਟੈਂਕਾ ਮੁਕਤਾ ਆ ਜਾਏਗਾ, ਕਿਲੇ। ਚਾਰ ਗਿਣਤੀ ਦਾ ਚਾਰ ਆਏਗਾ ਅਤੇ ਰਾਰੇ ਨੂੰ ਸਿਹਾਰੀ ਆਏਗੀ, ਗਿਣਤੀ ਦਾ ਤੀਨ ਆਏਗਾ ਨੰਨੇ ਨੂੰ ਸਿਹਾਰੀ ਆਏਗੀ, ਗਿਣਤੀ ਦਾ ਕਰੋੜ ਲਫਜ ਆਏਗਾ ਟੈਂਕੇ ਨੂੰ ਸਿਹਾਰੀ ਆਵੇਗੀ, ਗਿਣਤੀ ਦਾ ਸੱਠ ਲਫਜ ਆਏਗਾ ਅਤੇ ਠੱਠੇ ਨੂੰ ਸਿਹਾਰੀ ਆਏਗੀ। ਇੱਕ ਸੱਠ ਦਾ ਅਰਥ ਹੁੰਦਾ ਮੂਰਖ, ਇੱਕ ਸੱਠ ਦਾ ਅਰਥ ਹੈ ਸੱਠ, ਅੱਠ ਸੱਠ, ਅਠਾਹਠ ਤੀਰਥ ਜਿਹਨਾਂ ਦੀ ਗੱਲ ਕੀਤੀ ਮਹਾਰਾਜ ਜੀ ਨੇ ਬਾਣੀ ਦੇ ਵਿੱਚ। ਸੋ ਧਿਆਨ ਵਿੱਚ ਰੱਖਣਾ ਹੈ, ਗੁਰਮੁਖੀ ਲਿਪੀ 'ਚ ਗਿਣਤੀ ਵੀ ਆਈ ਹੈ ਜੀ। ਹੁਣ ਇੱਥੇ ਲਫਜ ਆਇਆ ਗੁਣ ਵਡਿਆਈਆਂ ਚਾਰ, ਇਹ ਚਾਰ ਲਫਜ ਗਿਣਤੀ ਦਾ ਨਹੀਂ ਹੈ, ਇਹ ਚਾਰ ਲਫਜ ਹੈ ਇਹਦਾ ਅਰਥ ਹੈ ਸੁੰਦਰ, ਆਪਾਂ ਅੱਗੇ ਅੱਖਰੀ ਅਰਥ ਕਰਾਂਗੇ ਜੀ ਇਹਦੀ। ਆਓ ਪੜ੍ਹੀਏ ਜੀ, ਗਾਵੇ ਕੋ ਗੁਣ ਵਡਿਆਈਆਂ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ। ਧਿਆਨ 'ਚ ਰੱਖਿਓ, ਇੱਕ ਲਫਜ ਹੈ ਵਿਚਾਰ ਵਾਵੇ ਨੂੰ ਸਿਹਾਰੀ ਨਾਲ, ਇੱਕ ਲਫਜ ਹੈ ਵਿਚਾਰ ਵਾਵੇ ਨੂੰ ਬਿਹਾਰੀ ਦੇ ਨਾਲ, ਸਿਹਾਰੀ ਬਿਹਾਰੀ ਦਾ ਵੀ ਆਪਾਂ ਉਚਾਰਨ ਸਹੀ ਕਰਨਾ ਜੀ, ਠੀਕ ਹੈ ਜੀ। ਇਹ ਲਫਜ ਹੈ ਵਿਚਾਰ, ਗਾਵੇ ਕੋ
ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪਰਵਾਹ।